ਭਗਤ ਨਵਯੁਗ ਸੇਵਕ ਸਭਾ ਗਾਂਧੀ ਕੈਂਪ ਵੱਲੋਂ 31ਵਾਂ ਵਾਰਸ਼ਿਕ ਜਾਗਰਣ ਗਾਂਧੀ ਕੈਂਪ ਦੇ ਵਿੱਚ ਹੋ ਰਿਹਾ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਹੁੰਮ ਹੁੰਮ ਆ ਕੇ ਪਹੁੰਚੋ। ਮੈਂ ਪ੍ਰਧਾਨ ਪਿਆਰੇ ਲਾਲ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹਨਾਂ ਸਾਨੂੰ ਸਹਿਯੋਗ ਦਿੱਤਾ ਅਤੇ ਮਾਨ ਸਨਮਾਨ ਦਿੱਤਾ। ਅਸੀਂ ਉਹਨਾਂ ਸਭ ਦਾ ਆਪਣੀ ਕਮੇਟੀ ਵੱਲੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਮੈਂ ਕੈਸ਼ੀਅਰ ਰਜੇਸ਼ ਭਗਤ, ਭਗਤ ਨਵ ਯੁਵਕ ਸੇਵਕ ਸਭਾ ਰਜਿਸਟਰ ਗਾਂਧੀ ਕੈਂਪ, ਸਾਰੇ ਸ਼ਹਿਰ ਨਿਵਾਸੀਆਂ ਨੂੰ, ਸਾਰੇ ਮੁਲਾ ਨਿਵਾਸੀਆਂ ਨੂੰ ਸਭਾ ਦੇ 31ਵੇਂ ਜਾਗਰਣ ਦੀ ਲੱਖ ਲੱਖ ਵਧਾਈ ਮੁਬਾਰਕਬਾਦ ਦਿੰਦਾ ਵਾਂ ਅਤੇ ਸਾਰੇ ਸ਼ਹਿਰ ਨਿਵਾਸੀਆਂ ਦਾ, ਸਾਰੇ ਮੁਲਾ ਨਿਵਾਸੀਆਂ ਦਾ ਬਹੁਤ ਹੀ ਸ਼ੁਕਰਗੁਜ਼ਾਰ ਕਰਦਾ ਵਾਂ ਜਿਹੜੇ ਕਿ ਹਰ ਸਾਲ ਸਾਨੂੰ ਵੱਧ ਚੜ੍ਹ ਕੇ ਆਪਣਾ ਸਹਿਯੋਗ ਦਿੰਦੇ ਨੇ ਜਾਗਰਣ ਦੀ। ਸਾਰੇ ਮੁਲਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਅਤੇ ਬੇਨਤੀ ਹੈ ਕਿ ਕੱਲ੍ਹ ਮਾਤਾ ਰਾਣੀ ਚੌਂਕ ਵਿੱਚ ਹੁੰਮ ਹੁਮਾ ਕੇ ਪਹੁੰਚੋ ਅਤੇ ਮਸ਼ਹੂਰ ਪੰਜਾਬੀ ਕਲਾਕਾਰ ਮਾਸਟਰ ਸਲੀਮ ਦੀਆਂ ਭੇਟਾਂ ਦਾ ਜਿਹੜਾ ਗੁਣਗਾਨ ਹੈ ਉਹਦਾ ਆਨੰਦ ਮਾਣੋ। ਸਾਰੇ ਨਗਰ ਵਾਸੀਆਂ ਨੂੰ ਮੈਂ ਸਭਾ ਵੱਲੋਂ, ਸਾਰਿਆਂ ਨਗਰ ਵਾਸੀਆਂ ਨੂੰ ਮੈਂ ਆਪਣੀ ਸਭਾ ਵੱਲੋਂ, ਪ੍ਰਧਾਨ ਵੱਲੋਂ ਇਹ ਬੇਨਤੀ ਹੈ ਕਿ ਕੱਲ੍ਹ ਹੁੰਮ ਹੁਮਾ ਕੇ ਮਾਤਾ ਰਾਣੀ ਚੌਂਕ ਵਿੱਚ ਜਾਗਰਣ ਦੀ ਸੁਰੰਗ ਦਾਓ, ਜਿਹੜੀ ਮਾਂ ਦੀ ਪਵਿੱਤਰ ਜੋਤ ਭਗਤਾਂ ਨੇ ਮਾਂ ਜਵਾਲਾ ਜੀ ਲਿਆਂਦੀ ਹੈ ਉਸਦਾ ਆਸ਼ੀਰਵਾਦ ਪ੍ਰਾਪਤ ਕਰੋ। ਜੈ ਮਾਤਾ।